ਮੈਂ ਲਿਖਣਾ ਚਾਹੁੰਦਾ ਵਾਂ ਕੋਈ ਦਰਦ ਗਰੀਬਾਂ ਦਾ, ਜਿਨ੍ਹਾਂ ਨਾਲ ਪੈ ਗਿਆ ਏ ਕੋਈ ਵੈਰ ਨਸੀਬਾਂ। ਜੱਗੇ ਰੋਕ ਰੋਕ ਇੱਕ ਮਿੰਟ, ਕੀ ਹੋ ਗਿਆ? ਉਹ ਦੇਖ ਬੇਬੇ, ਚੱਲ ਤੂੰ ਕੈਮਰਾ ਕੱਢ, ਸਟੋਰੀ ਬਣਦੀ ਹੈ। ਕਿੰਨੇ ਸਾਲ ਦੀ ਉਮਰ ਹੈ ਤੇਰੀ? ਮੇਰੀ ਉਮਰ ਹੈ 80-90 ਸਾਲ ਦੀ ਹੈ। ਅੱਛਾ, ਇੰਨੇ ਸਾਲ ਇੰਨੀ ਉਮਰ ਦੇ ਵਿੱਚ ਤੂੰ ਕੰਮ ਕਰ ਰਹੀ ਹੈ, ਤੇਰੇ ਧੀ ਪੁੱਤ ਨਹੀਂ ਹੈਗੇ ਕੰਮ ਕਰਦੇ? ਹੈਗੇ ਪੁੱਤ ਚਾਰ। ਅੱਛਾ, ਕੁਛ ਆਉਂਦਾ ਨਹੀਂ। ਅੱਛਾ, ਕਿਉਂ, ਕੀ ਗੱਲ ਹੋ ਗਈ? ਕਹਿੰਦੇ ਕਿ ਤੂੰ ਆਪਦੀ ਘਰ 'ਤੇ ਖਾ। ਅੱਛਾ, ਹਾਂ, ਤੈਨੂੰ ਕੋਈ ਗਿਲਾ ਸ਼ਿਕਵਾ ਹੈਗਾ ਉਹਨਾਂ ਦਾ? ਮੈਨੂੰ ਤਾਂ ਕੋਈ ਗਿਲਾ ਨਹੀਂ, ਪੁੱਤ ਜਿਉਂਦੇ ਰਹਿਣ, ਵੱਸਦੇ ਰਹਿਣ, ਮਹਾਰਾਜ ਉਹਨਾਂ ਨੂੰ ਬਾਰਾ ਦੇਵੇ, ਜਿਹੋ ਜਿਹੀ ਆਪਦੀ ਲਿਖੀ ਉਹ ਜਿਹੀ ਭੋਗ। ਫਿਰ ਵੀ ਕੋਈ ਮਨ 'ਚ ਹੁੰਦਾ ਕੋਈ? ਨਾ, ਕੁਛ ਨਹੀਂ ਮਨ 'ਚ, ਜਿਉਂਦੇ ਰਹਿਣ ਮਹਾਰਾਜ ਉਹਨਾਂ ਨੂੰ ਵਧਾ। ਜੇ ਕੋਈ ਧੀ ਹੁੰਦੀ ਤਾਂ ਖੰਡ ਸਿਆਣੀ ਲਈ ਲੈ ਜਾਂਦੀ ਚੱਕ ਕੇ, ਤੇ ਫਿਰ ਹੁਣ ਪੁੱਤ ਆਪਦਾ ਟਾਈਮ ਪਾਸ ਕਰ। ਪੁੱਤਾਂ ਨਾਲ ਕੋਈ ਗਿਲਾ ਨਹੀਂ ਤੈਨੂੰ? ਸਾਂਭਦੇ ਨਹੀਂ? ਨਾ ਪੁੱਤ, ਮੈਨੂੰ ਤਾਂ ਕੋਈ ਗਿਲਾ ਨਹੀਂ ਹੈਗਾ, ਪੁੱਤ ਉਹਨਾਂ ਨੇ ਵੀ ਜੰਮੇ ਨਾ, ਪੁੱਤ ਉਹਨਾਂ ਨੇ ਵੀ ਜੰਮੇ ਨਾ, ਪੁੱਤ ਉਹਨਾਂ ਨੇ ਵੀ ਜੰਮੇ ਨਾ। ਅੰਸ਼, ਪੁੱਤ ਪਾਣੀ ਦੀ ਸਿਰ ਦੁਖਦੇ ਦੀ ਗੋਲੀ ਲੈ ਲਾ। ਬੇਬੇ, ਸਾਨੂੰ ਮਾਫ਼ ਕਰ ਦੋ, ਚੱਲ ਹੁਣ ਤੂੰ ਆਪਣੀ ਕੋਠੀ 'ਚ ਸਾਡੇ ਨਾਲ। ਤੁਹਾਨੂੰ ਪੁੱਤ ਮੇਰੇ ਕੱਪੜਿਆਂ 'ਚ ਮੁਸ਼ਕ ਮਾਰ। ਨਹੀਂ ਬੇਬੇ, ਕੁਛ ਨਹੀਂ, ਮੁਸ਼ਕ ਨਹੀਂ ਮਾਰਦਾ, ਚੱਲ ਇੱਥੇ ਨਹੀਂ ਰਹਿਣਾ ਹੁਣ।